ਉੱਥੇ ਆਮ ਆਦਮੀ ਪਾਰਟੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਜ਼ਮੀਨੀ ਚੋਣ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਉਹਨਾਂ ਨੇ ਮੁੱਖ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ 5 ਮੰਗਾਂ ਕੀਤੀਆਂ। ਇਹਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਨਿਰਪੱਖ ਚੋਣ ਕਰਵਾਉਣ ਵਾਸਤੇ ਸ਼ਾਹਕੋਟ ਜ਼ਮੀਨੀ ਚੋਣ ਤੱਕ ਮੁੱਖ ਮੰਤਰੀ ਨੂੰ ਬਦਲਿਆ ਜਾਵੇ, ਕੈਪਟਨ ਦੀ ਥਾਂ ਕੈਬਨਿਟ ਵਿੱਚ ਨੰਬਰ 2 ਨੂੰ ਲਾਇਆ ਜਾਵੇ ਤੇ ਕੈਪਟਨ ਨੂੰ ਸ਼ਿਮਲਾ ਵਿੱਚ ਪਾਕਿਸਤਾਨੀ ਦੋਸਤ ਨਾਲ ਭੇਜਿਆ ਜਾਵੇ। ਸ਼ਾਹਕੋਟ ਉਪਚੋਣ ਤੋਂ ਪਹਿਲਾਂ ਇਸ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਸ਼ਾਹਕੋਟ ਉਪਚੋਣ ਪੂਰੀ ਤਰ੍ਹਾਂ ਤੋਂ ਕਾਂਗਰਸ ਦੇ ਕੰਟਰੋਲ ਵਿੱਚ ਹੈ। ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਚੋਣ ਦੇ ਚੱਲਦੇ ਅਸਲ ਮੁੱਦੇ ਦੀ ਜਗ੍ਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ SHO ਸਤਰ ਦੇ ਪੁਲਿਸ ਅਧਿਕਾਰੀਆਂ ਨਾਲ ਰਾਜਨੀਤੀ ਕਰਕੇ ਸਾਬਿਤ ਕਰ ਰਹੇ ਨੇ ਕਿ ਪੁਲਿਸ ਕਿਸ ਤਰ੍ਹਾਂ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਉਹਨਾਂ ਨੇ ਅੱਜ ਇੱਕ ਚਿੱਠੀ ਚੀਫ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਸ਼ਾਹਕੋਟ ਉਪਚੋਣ ਦੇ ਦੌਰਾਨ ਪ੍ਰੋਟੈਮ ਚੀਫ ਮਿਨਿਸਟਰ ਲੱਗੇ ਤਾਂ ਕਿ ਇਸ ਚੋਣ ਦੇ ਦੌਰਾਨ ਸਰਕਾਰ ਪੁਲਿਸ ਤੰਤਰ ਦਾ ਗਲਤ ਇਸਤੇਮਾਲ ਨਾ ਕਰ ਸਕੇ। ਖਹਿਰਾ ਨੇ ਮੰਗ ਕੀਤੀ ਕਿ SSP ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਬਦਲਿਆ ਜਾਵੇ ਤੇ ਇਸ ਕੇਸ ਦੀ ਜਾਂਚ ਬਾਹਰੀ ਏਜੰਸੀ ਤੋਂ ਕਰਵਾਈ ਜਾਵੇ। ਇਸ ਦੇ ਨਾਲ ਉਹਨਾਂ ਨੇ ਚੋਣ ਦੇ ਦੌਰਾਨ ਪੈਰਾਮਿਲਟਰੀ ਲਗਾਉਣ ਦੀ ਵੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜੇ ਸਰਕਾਰ ਤੇ ਚੋਣ ਕਮਿਸ਼ਨ ਨੇ ਉਹਨਾਂ ਦੀਆਂ ਸਿਫਾਰਿਸ਼ਾਂ ਨੂੰ ਨਹੀਂ ਮੰਨਿਆ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਮਜਬੂਰਨ ਇਸ ਚੋਣ ਦਾ ਬਾਈਕਾਟ ਕਰਨਾ ਪਏਗਾ। ਲਾਡੀ ਦੀ ਜਿਹੜੀ FIR ਦਰਜ ਹੋਈ ਆ ਉਹ ਹੁਣ ਪੰਜਾਬ ਪੁਲਿਸ ਅਮਰਿੰਦਰ ਸਿੰਘ ਦੇ ਜੋ ਕੁਝ ਕੱਲ੍ਹ ਕੀਤਾ ਕਰਾਇਆ ਉਹਦੇ ਤੋਂ ਬਾਅਦ ਪੰਜਾਬ ਪੁਲਿਸ ਕੰਪੀਟੈਂਟ ਹੀ ਨਹੀਂ ਗਈ ਉਸ FIR ਦੀ ਇਨਵੈਸਟੀਗੇਸ਼ਨ ਕੈਰੀ ਆਊਟ ਕਰ ਸਕੇ। ਕੀ ਜਲੰਧਰ ਦਾ ਜਾਂ ਸ਼ਾਹਕੋਟ ਦਾ ਜੋ ਵੀ SP ਜਾਂ DSP ਕੀ ਉਹ ਅਮਰਿੰਦਰ ਸਿੰਘ ਦੇ ਟਿੱਪਣੀਆਂ ਤੋਂ ਬਾਅਦ ਉਸ FIR ਵਿੱਚ ਕਿਸੇ ਨੂੰ ਇਨਸਾਫ਼ ਦੇ ਸਕਦਾ ਵਾ? ਅਮਰਿੰਦਰ ਸਿੰਘ ਨੇ ਬਜਾਏ ਕਿ FIR ਦੀ ਇਨਵੈਸਟੀਗੇਸ਼ਨ ਕਰਾਵੇ ਉਹਨੇ ਦੋਸ਼ੀਆਂ ਦਾ ਜੋ ਬਚਾਉਣ ਦਾ ਆਪਣਾ ਪੂਰਾ ਇੱਕ ਰਵੱਈਆ ਜਨਤਕ ਕਰਤਾ, ਉਹਦੇ ਤੋਂ ਬਾਅਦ ਕੀ ਕੋਈ SPD ਉਸ FIR ਦੀ ਇਨਵੈਸਟੀਗੇਸ਼ਨ ਕਰ ਸਕਦਾ? ਇਸ ਲਈ ਮੇਰੀ ਮੰਗ ਆ ਕਿ ਉਸ FIR ਦੀ ਇਨਵੈਸਟੀਗੇਸ਼ਨ ਸ਼ੁੱਡ ਬੀ ਟ੍ਰਾਂਸਫਰ ਟੂ ਆਈਦਰ ਚੰਡੀਗੜ੍ਹ ਔਰ ਹਰਿਆਣਾ ਔਰ ਨਿਊ ਡੈਲੀ, ਓਨਲੀ ਦੈਨ ਉੱਥੇ ਜਸਟਿਸ ਮਿਲ ਸਕਦਾ। ਅਤੇ ਲਾਸਟ ਮੰਗ ਮੈਂ ਕੀਤੀ ਆ ਕਿ ਲਾਡੀ ਦੇ ਖਿਲਾਫ਼ ਸਟਿੰਗ ਦੇ ਉੱਤੇ ਕਿਉਂ ਨਹੀਂ FIR ਦਰਜ ਹੋ ਰਹੀ? ਉਹਦੀ ਕੰਪਲੇਂਟ ਜਾ ਚੁੱਕੀ ਆ ਜਸਵੀਰ ਸਿੰਘ ਅਤੇ ਤੇਜਿੰਦਰ ਸਿੰਘ ਵੱਲੋਂ, ਪਰਸੋਂ ਮੈਂ ਨਾਲ ਖੁਦ ਜਾ ਕੇ ਉਹਦੀ ਕੰਪਲੇਂਟ ਕਰਕੇ ਆਇਆ ਵਾਂ ਚੀਫ ਇਲੈਕਟੋਰਲ ਅਫਸਰ ਮਿਸਟਰ ਕੇ ਐਸ ਕਰੁਣਾ ਰਾਜੂ ਦੇ ਕੋਲ, ਤਾਂ ਉਹਦੇ ਉਸ ਆਧਾਰ ਦੇ ਉੱਤੇ ਲਾਡੀ ਅਤੇ ਦੂਜਿਆਂ ਦੇ ਸਮੇਤ ਜੋ 8 ਲੱਖ ਰੁਪਇਆ ਗੁੰਡਾ ਟੈਕਸ ਗਰਾਉਣ ਦੀ ਗੱਲ ਕਰਦਾ ਉਹਦੇ 'ਤੇ FIR ਦਰਜ ਹੋਣੀ ਚਾਹੀਦੀ ਆ। ਇਹ 5 ਜਾਂ 6 ਮੰਗਾਂ ਕਰਕੇ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਸਾਰਾ ਕੰਮ ਨਿਬੇੜ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਈਮੇਲ ਕਰਕੇ ਮਿਸਟਰ ਰਾਜੂ ਨੂੰ ਈਮੇਲ ਉਹਦੀ ਕਾਪੀ ਭੇਜ ਕੇ ਦੈਨ ਆਈ ਹੈਵ ਕਮ ਹੇਅਰ, ਔਰ ਮੈਂ ਉਹਦੇ 'ਚ ਲਿਖਿਆ ਕਿ ਅਗਰ ਇੱਦਾਂ ਦਾ ਵਾਤਾਵਰਣ ਰਿਹਾ ਜਿਸ ਢੰਗ ਦਾ ਵਾਤਾਵਰਣ ਨਜ਼ਰ ਆ ਰਿਹਾ, ਸਾਰੀ ਪੁਲਿਸ ਦਗੜ ਦਗੜ ਕਰਦੀ ਉਹ ਥਾਣੇਦਾਰ ਦੇ ਮਗਰ ਪੈ ਗਈ, ਠੀਕ ਹੈ ਉਹਦੀ ਕੋਈ ਪ੍ਰਾਈਵੇਟ ਲਾਈਫ ਦੀ ਇਹਨਾਂ ਨੇ ਕੋਈ ਵੀਡੀਓ ਲਿਆਂਦੀ ਆ, ਦੈਟ ਇਜ਼ ਨਥਿੰਗ ਟੂ ਡੂ ਵਿਦ ਦੀ FIR। ਔਰ ਅਮਰਿੰਦਰ ਸਿੰਘ ਦੇਖੋ ਕੀ ਕਹਿੰਦੇ ਨੇ, ਕਹਿੰਦੇ ਜੀ ਉਹ ਇੰਨੀ ਛੇਤੀ FIR ਕਿਉਂ ਦਰਜ ਕਰਤੀ? ਕਿਉਂ? ਜੇ ਕੋਈ ਬੰਦਾ ਅਫਸਰ ਕੋਗਨੀਜੈਂਸ ਲੈਂਦਾ ਇਲੈਕਸ਼ਨ ਕਮਿਸ਼ਨ ਦੇ ਤਾਂ 4:30 ਕੋਈ ਗੁਨਾਹ ਵਾ FIR ਦਰਜ ਕਰਨ? ਮੈਂ ਕਹਿੰਦਾ ਉਹ ਕੰਪੀਟੈਂਟ ਬੰਦਾ ਜਿਹਨੇ ਕਰਤੀ, ਔਰ ਉਹਨੇ ਹੁਣ ਮੈਂ ਬਿਆਨ ਉਹਦਾ ਪੜ੍ਹਿਆ ਕੱਲ੍ਹ, ਸ਼ਾਇਦ ਮੀਡੀਆ ਨੂੰ ਉਹ ਇੱਥੇ ਹੋਇਆ ਨੇ ਰੂਬਰੂ, ਉਹਨੇ ਕਿਹਾ ਜੋ ਮੈਂ ਕੀਤਾ ਠੀਕ ਆ, ਔਰ ਇਹਨੇ ਕਿਹਾ ਜੇ ਮੈਨੂੰ ਦਬਾਉਣਗੇ ਮੈਂ ਹਾਈਕੋਰਟ ਜਾਊਂਗਾ। ਔਰ ਮੇਰਾ ਹੀ ਖਦਸ਼ਾ ਇਹ ਵੀ ਤੁਸੀਂ ਨੋਟ ਕਰ ਲੈਣਾ, ਮੈਂ ਆਪਣੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਚਿੱਠੀ ਨੂੰ ਲਿਖਿਆ ਇਸ ਬਾਜਵੇ ਨੂੰ ਇਹਨਾਂ ਨੇ SHO ਨੂੰ ਡਿਸਮਿਸ ਕਰਨਾ ਹੁਣ, ਇਹਨੇ ਡਿਸਮਿਸ ਕੀਤੀ, ਸਮਝਦੇ ਨਹੀਂ ਯਾਰ ਇੰਨਾ ਪੈ, ਤੁਹਾਨੂੰ ਤਫਸੀਲ ਨਾ ਸਮਝਾਇਆ, ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਫਰੀ ਐਂਡ ਫੇਅਰ ਇਲੈਕਸ਼ਨ ਕਰਨ ਵਾਸਤੇ ਵਾਤਾਵਰਨ ਦਰੁਸਤ ਨਾ ਕੀਤਾ ਚੋਣ ਕਮਿਸ਼ਨ ਨੇ, ਵੀ ਵਿਲ ਹੈਵ ਟੂ ਕੰਸਿਡਰ ਦਿਸ ਆਪਸ਼ਨ ਆਫ ਬਾਈਕੋਟਿੰਗ ਦੇ ਇਲੈਕਸ਼ਨ। ਸੀ ਆਈ ਡੋਂਟ ਨੋ ਹਿਮ ਦੈਟ ਮਚ ਪਰਸਨਲੀ, ਬਟ ਸਮ ਅੱਜ ਤੋਂ 8-9-10 ਸਾਲ ਪਹਿਲਾਂ ਕੁਛ ਸਮਾਂ ਭਲਾਤ ਦੀ ਕਿਸੇ ਚੌਂਕੀ ਵਿੱਚ ਰਿਹਾ ਇਹ, ਅਤੇ ਠੀਕ ਅਫਸਰ ਹੈ, ਹੀ ਇਜ਼ ਫਰੋਮ ਅ ਗੁੱਡ ਫੈਮਿਲੀ। ਹੁਣ ਉਹ ਪਰਸਨਲ ਲਾਈਫ ਵਿੱਚ ਕੀ ਕਰਦੇ ਨੇ? ਅਮਰਿੰਦਰ ਸਿੰਘ ਮੋਰੈਲਿਟੀ ਅਪਰਾਈਟ ਨੇ ਪਹਿਲਾਂ ਦੱਸੋ ਮੈਨੂੰ ਜ਼ਰਾ, ਆਈ ਡੋਂਟ ਵਾਂਟ ਟੂ ਆਸਕ ਦ ਲੇਡੀ ਕੋਰਸਪੋਂਡੈਂਟ, ਤੁਸੀਂ ਸਾਰੇ ਮੇਰੇ ਭਰਾ ਬੈਠੇ ਹੋ। ਅਮਰਿੰਦਰ ਸਿੰਘ SHO ਨੂੰ ਕਹਿੰਦਾ ਕਿ ਇਮੋਰਲ ਆ, ਅਤੇ ਪਾਕਿਸਤਾਨੀ ਔਰਤ ਨੂੰ ਆਪਣੀ ਸਰਕਾਰੀ ਰਹਿਸ਼ਗਾਹ 'ਤੇ ਰੱਖਿਆ ਉਹ ਮੋਰਲ ਹੈ? ਅਮਰਿੰਦਰ ਸਿੰਘ ਦੱਸਣ ਲੋਕਾਂ ਨੂੰ ਕਿ ਮੋਰੈਲਿਟੀ ਅਤੇ ਇਮੋਰੈਲਿਟੀ ਦੀ ਲਾਈਨ ਕੀ ਆ? ਤੁਸੀਂ ਕਰੋ ਤਾਂ ਠੀਕ ਆ, SHO ਜੇ ਅਗਰ ਕਰਦਾ, ਹਾਂ ਅਗਰ SHO ਨੇ ਕੋਈ ਗੁਨਾਹ ਕੀਤਾ ਉਹਦੀ ਇਨਵੈਸਟੀਗੇਸ਼ਨ ਸ਼ੁੱਡ ਬੀ ਅ ਸੈਪਰੇਟ ਮੈਟਰ, ਡੋਂਟ ਮਿਕਸ ਦੀ SHO'ਸ ਕੰਡਕਟ ਵਿਦ ਦੀ FIR ਅਗੇਂਸਟ ਮਿਸਟਰ ਲਾਡੀ। ਆਪ ਜੀ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV।